ਬਹੁਤ ਸ਼ੁਕਰੀਆ ਤੁਹਾਡਾ ਜਨਾਬ, ਤੁਹਾਡਾ ਵੀ ਸ਼ੁਕਰੀਆ, ਹੋਰ ਟੈਲੀਵਿਜ਼ਨ ਚੈਨਲ ਵੀ ਸ਼ੁਕਰੀਆ ਤੁਹਾਡਾ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ ਦੋਸਤੋ, ਅੱਜ ਨਾ ਇੱਕ ਇੱਥੇ ਪ੍ਰੋਗਰਾਮ ਹੈ ਅਤੇ ਉੱਥੇ ਅਸੀਂ ਆਏ ਹਾਂ ਅਤੇ ਦੁਕਾਨ ਦਾ ਇਫਤਤਾਹ ਕਰਨ ਲੱਗੇ ਹਾਂ ਅਤੇ ਆਏ ਨੇ ਇੱਥੇ ਜੀ ਚੌਧਰੀ ਰਫੀਕ ਸ਼ਾਕਰ ਸਾਹਿਬ, ਮਰਹੂਮ ਉਹਨਾਂ ਦੇ ਬੇਟੇ ਨੇ, ਚੌਧਰੀ ਉਮੈਰ ਸਾਹਿਬ ਨੇ, ਨਾਲ ਸ਼ੇਖ ਸਲੀਮ ਸਾਹਿਬ ਨੇ, ਨਾਲ ਹੈ ਪਾਕਿਸਤਾਨ ਤਰੀਕੇ ਇਨਸਾਫ ਦੇ ਸਰਮਾਇਆਕਾਰ ਨੇ ਜੀ, ਮੀਆਂ ਤਾਰ ਰਹਿਮਾਨ ਇਨਸਾਫ ਯੂਥ ਵਿੰਗ ਦੇ ਸਦਰ ਨੇ ਜਨਾਬ, ਜਨਾਬ ਵਹੀਦ ਕਾਲ ਸਾਹਿਬ ਪਿੱਛੋਂ ਵੀ ਇੱਕ ਆਵਾਜ਼ ਆਈ ਹੈ ਸਾਡੇ ਪਿੰਡ ਦੇ ਚੌਧਰੀ ਸਾਹਿਬ ਨੇ, ਬਹੁਤ ਧਾਰੀ ਡੋਂ ਸਾਹਿਬ ਨੇ। ਹਜ਼ੂਰ ਦੇ ਵਾਲਦੈਨ ਤੇ ਯਬੈਨ ਕਰੀਮ ਐਨ ਤਾਹਿਰ ਐਨ ਆਲ ਪਾਕ ਜਦ ਪਾਕ ਬੈਦ ਪਾਕ ਔਲਾਦ ਪਾਕ ਸਾਹਿਬਜ਼ਾਦੀਆਂ ਸਾਹਿਬਜ਼ਾਦੇ ਅਜ਼ਵਾਜਾਂ ਨੇ ਮੁਤਾਹਰਾ ਆਲੇ ਬੈਦ ਦੀਆਂ ਤਹਾਰਾਂ ਦੇ ਪੇਸ਼ ਕਰਨੇ ਕਬੂਲੋ ਮਨਜ਼ੂਰ ਫਰਮਾ, ਯਾ ਅੱਲਾ ਤਮਾਮ ਸ਼ਹਾਦਾ ਦੇ ਪੇਸ਼ ਕਰਨੇ ਕਬੂਲੋ ਮਨਜ਼ੂਰ ਫਰਮਾ, ਜਿਨ੍ਹਾਂ ਦਾ ਕੋਈ ਨਹੀਂ ਦੁਆ ਮੰਗਣ ਵਾਲਾ ਯਾ ਅੱਲਾ ਉਹਨਾਂ ਦੇ ਪੇਸ਼ ਕਰਨੇ ਕਬੂਲ ਤੇ ਮਨਜ਼ੂਰ ਫਰਮਾ, ਮਾਲਕੁਲ ਮੁਲਕ ਹਾਜ਼ਰੀਨ ਮਹਿਫਲ ਦੇ ਛੋਟੇ ਮੋਟੇ ਜੋ ਦੁਨੀਆਂ ਦੇ ਟੁਰ ਗਏ ਉਹਨਾਂ ਦੇ ਪੇਸ਼ ਕਰਨੇ ਕਬੂਲ ਤੇ ਮਨਜ਼ੂਰ ਫਰਮਾ, ਯਾ ਅੱਲਾ ਪਾਕ ਸਭ ਦੀ ਮਾਲ ਜਾਨ ਇੱਜ਼ਤ ਆਬਰੂ ਦੀ ਹਿਫਾਜ਼ਤ ਫਰਮਾ, ਯਾ ਅੱਲਾ ਪਾਕ ਜਿਸ ਮਕਸਦ ਵਾਸਤੇ ਅੱਜ ਯਾ ਅੱਲਾ ਪਾਕ ਇੱਥੇ ਅਸੀਂ ਜਮ੍ਹਾਂ ਹੋਏ ਹਾਂ, ਇਕੱਠੇ ਹੋਏ ਹਾਂ, ਯਾ ਅੱਲਾ ਪਾਕ ਤੇਰੀ ਪਾਕ ਬਾਰਗਾਹ ਦੇ ਵਿੱਚ ਹੱਥ ਉਠਾਏ ਨੇ, ਆਪਣੀ ਬਾਰਗਾਹ ਦੇ ਵਿੱਚ ਕਬੂਲ ਤੇ ਮਨਜ਼ੂਰ ਫਰਮਾ, ਯਾ ਅੱਲਾ ਨਜ਼ਰਾਨਾ ਅਕੀਦਤ ਜੋ ਵੀ ਭਾਈ ਉਹਨਾਂ ਨੇ ਕੀਤਾ, ਯਾ ਅੱਲਾ ਪਾਕ ਅੱਜ ਦੁਕਾਨ ਦਾ ਇਸ ਮੈਡੀਕਲ ਸਟੋਰ ਦਾ ਇਫਤਤਾਹ ਕੀਤਾ, ਯਾ ਅੱਲਾ ਪਾਕ ਉਹਨਾਂ ਨੂੰ ਅੱਛੇ ਤਰੀਕੇ ਨਾਲ ਚਲਾਉਣ ਦੀ ਤੌਫੀਕ ਅਤਾ ਫਰਮਾ, ਯਾ ਅੱਲਾ ਪਾਕ ਸਾਡੀਆਂ ਨੇਕ ਤਮੰਨਾ ਨੇਕ ਦੁਆਵਾਂ ਇਹਨਾਂ ਵਾਸਤੇ ਨੇ ਆਪਣੀ ਪਾਕ ਬਾਰਗਾਹ ਦੇ ਵਿੱਚ ਕਬੂਲ ਤੇ ਮਨਜ਼ੂਰ ਫਰਮਾ, ਯਾ ਅੱਲਾ ਇਹਨਾਂ ਨੂੰ ਹੱਕ ਲਾ ਰਿਜ਼ਕ ਕਮਾਉਣ ਦੀ ਤੌਫੀਕ ਅਤਾ ਫਰਮਾ, ਯਾ ਅੱਲਾ ਸਭ ਦੇ ਕਾਰੋਬਾਰ ਦੇ ਵਿੱਚ ਬਰਕਤਾਂ ਦਾ ਫਰਮਾ, ਦਿਨ ਦੁਗਣੀ ਰਾਤ ਚੁਣੀ ਤਰੱਕੀ ਅਤਾ ਫਰਮਾ, ਯਾ ਅੱਲਾ ਪਾਕ ਇਹਨਾਂ ਭਾਈ ਹੋਰਾਂ ਦੇ ਜਿਹੜੇ ਭਾਈ ਮਹਿਰੂਮ ਫੋਤ ਹੋ ਗਏ ਨੇ, ਯਾ ਅੱਲਾ ਪਾਕ ਉਹਨਾਂ ਦੇ ਦਰਜਾਤ ਬੁਲੰਦ ਫਰਮਾ, ਯਾ ਅੱਲਾ ਪਾਕ ਉਹਨਾਂ ਦੇ ਦਰਜਾਤ ਬੁਲੰਦ ਫਰਮਾ, ਯਾ ਅੱਲਾ ਪਾਕ ਇਸ ਦੁਕਾਨ ਨੂੰ ਦਿਨ ਦੁਗਣੀ ਰਾਤ ਚੁਣੀ ਤਰੱਕੀ ਅਤਾ ਫਰਮਾ, ਇੱਕ ਵਾਰੀ ਫਿਰ ਮੌਲਾ ਤੇਰੀ ਬਾਰਗਾਹ ਦੇ ਵਿੱਚ ਇਲਤਜਾ ਕਰਨੇ, ਯਾ ਅੱਲਾ ਪਾਕ ਇਸ ਭਾਈ ਦੇ ਇਸ ਖਲੂਸ ਨੂੰ ਇਸ ਪਿਆਰ ਨੂੰ ਆਪਣੀ ਪਾਕ ਬਾਰਾ ਕਬੂਲ ਤੇ ਮਨਜ਼ੂਰ ਫਰਮਾ, ਰੱਬੀ ਜਾਨੀ ਮੁਕੀਮ ਸਲਾਤ ਵ ਮਿਨ ਜ਼ੁਰੀਯਤੀ ਰੱਬਨਾ ਵਤਕਬਲ ਦੁਆ ਰੱਬਨਾ ਗਫਿਲੀ ਵਾਲੀ ਵਾਲੀ ਦਈਆ ਵਲਿਲ ਮੂਮਿਨੀਨ ਯੋਮਾ ਯਕੁਮੁਲ ਸਾਬ ਸੱਲੱਲਾਹੁ ਤਾਲਾ ਹਰ ਹਰ ਕੇ ਹੀ ਨੂਰ ਅਸੇ ਦਿਨ ਅਤਫਸ਼ਿਕਾਤ ਮੇ ਮੁਹੰਮਦ ਬਸਾਦੀ ਸੱਲੱਲਾਹੁ ਅਲੈਹਿ ਵਸੱਲਮ ਮਾਸ਼ਾਅੱਲਾ ਮੁਬਾਰਕ ਹੋਏ ਬਾਬਾ ਮੁਬਾਰਕ ਬਹੁਤ ਬਹੁਤ ਮੁਬਾਰਕ ਕਰਕਾ
ਬਹੁਤ ਸ਼ੁਕਰੀਆ ਤੁਹਾਡਾ ਜਨਾਬ ਤੁਸੀਂ ਆਏ ਹੋ ਟਾਈਮ ਕੱਢ ਕੇ ਆਪਣਾ ਸਾਡੇ ਤੁਹਾਡਾ ਵੀ ਸ਼ੁਕਰੀਆ ਪੂਰੇ ਪੁਲ ਵਜੋਂ ਦੀ ਤਰਫੋਂ ਸ਼ੁਕਰੀਆ ਤੁਹਾਡਾ ਘੰਟੇ ਬਾਅਦ ਜਿੰਨੇ ਵਰਦੀ ਖਾਏ ਠੀਕ ਹੈ ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਜਨਾਬ ਅੱਲਾਹ ਤਾਲਾ ਤੁਹਾਡੇ ਕਾਰੋਬਾਰ ਚ ਮਜ਼ੀਦ ਤਰੱਕੀ ਤੇ ਰੋਜ਼ ਬੰਦੇ ਬਿਮਾਰ ਹੋਣ ਰੋਜ਼ ਦਵਾਈ ਲੈਣਾ ਆਪਣੇ ਜੀ ਫਖਰੇ ਪੁੱਲ ਵਜੋਂ ਫਖਰੇ ਮਲਕ ਬਰਾਦਰੀ ਮੇਰੇ ਮਾਮੂ ਦਾ ਬੇਟਾ ਜਾਨ ਮਲਕ ਉਸਮਾਨ ਸਾਹਿਬ ਜਨਾਬ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਚਾਵਣ ਕੇ ਚਾਹ ਨਾਲ ਮਾਸ਼ਾਅੱਲਾ ਜੀ ਤੁਸੀਂ ਆਪਣੇ ਭਾਈ ਨੇ ਜੀ ਆਪਣੇ ਬਹੁਤ ਪਿਆਰੇ ਭਨੋਜੇ ਠੀਕ ਹੈ ਇਹੋ ਜਿਹਾ ਠੀਕ ਠਾਕ ਸ਼ੁਕਰੀਆ ਜਨਾਬ ਇਸ ਦੁਕਾਨ ਦਾ ਇਫਤਤਾਹ ਹੈ ਜਨਾਬ ਅੱਲਾਹ ਤਾਲਾ ਇਹਨਾਂ ਨੂੰ ਮਜ਼ੀਦ ਤਰੱਕੀ ਦੇਵੇ ਠੀਕ ਹੈ ਓਏ ਕਾਨਾ ਇੱਕ ਵੀ ਨਹੀਂ ਪਾ ਲਿਆ ਇਹਨਾਂ ਨੇ ਇੱਥੇ ਲੰਗਰ ਛੰਗਰ ਰੱਖੇ ਨੇ ਉਹ ਸਾਹ ਜੀ ਗਿਆ ਕੀ ਗੱਲ ਹੈ ਪਰੇਸ਼ਾਨ ਆ ਕੋਈ ਪਰੇਸ਼ਾਨੀ ਨਹੀਂ ਰੋਟੀ ਨਹੀਂ ਖਾਂਦੀ ਰੋਟੀ ਰੁਕ ਨਹੀਂ ਖਾਣੀ ਡਾਕਟਰ ਨੂੰ ਮੈਂ ਕਹਿੰਦਾ ਮੈਂ ਨਾਲ ਨਾਲ ਕੋਈ ਦਵਾਈ ਵੀ ਦੇ ਚੱਲ ਕਿਉਂਕਿ ਬਿਮਾਰ ਹੋਣ ਦੇ ਚਾਂਸ ਹੈ ਜਿਹੜੇ ਨਾਂ ਦੁੱਖ ਲੱਗ ਨਾ ਉਹ ਕੱਢਣੇ ਵੀ ਹੈ ਕਿਸੇ ਪਾਸੇ ਮੇਰਾ ਪਿੰਡ ਪੁੱਲ ਵਜੋਂ ਹੈ ਕਿ ਇਹ ਮੇਰੇ ਪਿੰਡ ਦਾ ਹੀ ਕੰਮ ਸੀ ਅਤੇ ਲੇਕਿਨ ਜਿਹਨਾਂ ਨੇ ਸਟੋਰ ਬਣਾਇਆ ਉਹ ਸਾਡੇ ਪਿੰਡ ਦੇ ਨਹੀਂ ਹੈ ਉਹ ਚਪੜਾੜ ਦੇ ਨੇ ਅਤੇ ਦੂਸਰੇ ਨੰਬਰ 'ਤੇ ਗੱਲ ਹੈ ਕਿ ਮੈਂ ਇੱਥੇ ਮਹਿਮਾਨ ਨਹੀਂ ਬਲਕਿ ਮੇਜ਼ਬਾਨ ਹਾਂ ਕਿਉਂਕਿ ਮੇਰਾ ਪਿੰਡ ਹੈ ਅਤੇ ਜਿੰਨੇ ਵੀ ਦੋਸਤ ਇੱਥੇ ਮਹਿਮਾਨ ਆਏ ਨੇ ਚਾਹੇ ਉਹ ਚਪੜਾਲ ਤੋਂ ਆਏ ਨੇ ਚਾਹੇ ਉਹ ਖੁਜ ਚੱਕ ਤੋਂ ਆਏ ਨੇ ਚਾਹੇ ਉਹ ਪਿੰਡੂ ਮਾਰੂ ਕਿਸੇ ਵੀ ਪਾਰਟੀ ਨਾਲ ਬੰਦੇ ਆਏ ਨੇ ਤਾਂ ਮੇਰੇ ਵਾਸਤੇ ਉਹ ਕਾਬਿਲ ਇਹਤਰਾਮ ਨੇ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਅਤੇ ਦਿਲ ਦੇ ਵਿੱਚੋਂ ਜਿਹੜੇ ਵਿੱਚ ਹੈ ਨਾ ਦਿਲ ਦਾ ਟੋਟਾ ਉਹ 'ਚੋਂ ਸ਼ੁਕਰੀਆ ਅਦਾ ਕਰਨਾ ਅਤੇ ਪਹਿਲੇ ਨੰਬਰ 'ਤੇ ਗੱਲ ਹੈ ਕਿ ਜਿੱਥੇ ਕੋਈ ਬੁਲਾਏ ਉੱਥੇ ਲਾਜ਼ਮੀ ਹੀ ਜਾਣਾ ਚਾਹੀਦਾ ਚਾਹੇ ਉੱਥੇ ਮਹਿਮਾਨ ਨੇ ਖਸੂਸੀ ਕਿਸੇ ਵੀ ਪਾਰਟੀ ਦਾ ਬੁਲਾਇਆ ਤੁਹਾਡਾ ਇਤਰਾਜ਼ ਨਹੀਂ ਬਣਦਾ ਤੁਸੀਂ ਇਹ ਦੇਖਣਾ ਕਿ ਤੁਹਾਨੂੰ ਬੁਲਾਇਆ ਗਿਆ ਅਤੇ ਤੁਸੀਂ ਬੁਲਾਉਣ ਵਾਲੇ ਦੀ ਚਾਹ ਦੇਖਣੀ ਹੈ ਬਾਕੀ ਇਹ ਨਹੀਂ ਦੇਖਣਾ ਕਿ ਉੱਥੇ ਕੌਣ ਆਇਆ ਕੌਣ ਨਹੀਂ ਆਇਆ ਅਤੇ ਜੋ ਵੀ ਮਾਮਲਾ ਚਲੇ ਅਤੇ ਇੱਕ ਗੱਲ ਹੈ ਕਿ ਅਕਸਰ ਲੋਕ ਇਹ ਵੀ ਦੇਖਦੇ ਨੇ ਲੇਕਿਨ ਮੇਰੀ ਉਹ ਆਦਤ ਨਹੀਂ ਹੈ ਅਤੇ ਮੈਂ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਨਾ ਜਿਹੜੇ ਆਏ ਹੋ ਅਤੇ ਜਿਹੜੇ ਵੀਡੀਓ ਦੇਖਦੇ ਪਏ ਹੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਵੀਡੀਓ ਦੇਖਦੇ ਪਏ ਉਹ ਤਾਂ ਮੇਰੇ ਦਿਲ ਦੇ ਵਿੱਚ ਨੇ ਨਾ ਅੰਦਰ ਵਾਲੀ ਸਾਈਡ 'ਤੇ ਅਤੇ ਤੁਸੀਂ ਦੇਖਦੇ ਪਏ ਹੋ ਕਿ ਮੈਂ ਇਸ ਟਾਈਮ ਕਿੱਥੇ ਬੈਠੇ ਹਾਂ ਇਸ ਟਾਈਮ ਮੈਨੂੰ ਬਾਹਰ ਬਾਹਰ ਜਿਹੜੀ ਦੁਕਾਨ ਹੈ ਪੁੱਲ ਵਜੋਂ 'ਚ ਮੈਂ ਉੱਥੇ ਬੈਠੇ ਹਾਂ ਕਿਉਂਕਿ ਉੱਥੋਂ ਮਹਿਮਾਨਾਂ ਨੂੰ ਫਾਰਗ ਕਰਕੇ ਭੇਜਿਆ ਅਤੇ ਭੇਜਣੇ ਸਾਰੀ ਆਸਮ ਭਾਈ ਵੀ ਆਏ ਨੇ ਉਹਨਾਂ ਦਾ ਕੋਈ ਘਰ ਵਿੱਚ ਕੋਈ ਬੱਚਾ ਜਾਂ ਬੱਚੀ ਕੋਈ ਠੰਡ ਛੰਡ ਲੱਗੀ ਹੈ ਸ਼ਿਕਾਰ ਹੈ ਬਿਮਾਰੀ ਦਾ ਉਹ ਚਲੇ ਗਏ ਨੇ ਹੋਸਪਿਟਲ ਅਤੇ ਘਰ ਉਹਨਾਂ ਦੇ ਬੰਦਾ ਕੋਈ ਨਹੀਂ ਅਤੇ ਮੈਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਆ ਜਾਓ ਇੱਥੇ ਆ ਕੇ ਇੱਥੇ ਮੇਰੀ ਦੁਕਾਨਦਾਰੀ ਕਰੋ ਅਤੇ ਮੈਂ ਚੱਲਾਂ ਚੱਕ ਸਾਸਤਲ ਹਸਪਤਾਲ ਅਤੇ ਮੈਨੂੰ ਇੱਥੇ ਬਿਠਾ ਕੇ ਨੇ ਤਾਂ ਕਿ ਮੈਂ ਨਾਲ ਦੁਕਾਨਦਾਰੀ ਕਰਿਆ ਅਤੇ ਉਮੀਦ ਕਰਨਾ ਕਿ ਵੀਡੀਓ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਪਸੰਦ ਆਈ ਹੋਏਗੀ ਅਤੇ ਮੈਂ ਇੱਕ ਦਫਾ ਫਿਰ ਸਾਰੇ ਦੋਸਤਾਂ ਦਾ ਸ਼ੁਕਰੀਆ ਵੀ ਅਦਾ ਕਰਨਾ ਵੀਡੀਓ ਦੇਖਣ ਵਾਲਿਆਂ ਦਾ ਵੀ ਵੀਡੀਓ ਸ਼ੇਅਰ ਕਰਨ ਵਾਲਿਆਂ ਦਾ ਵੀ ਅਤੇ ਜਿੰਨੇ ਮਹਿਮਾਨ ਪੁੱਲ ਵਜੋਂ ਦੀ ਧਰਤੀ ਦੇ ਉੱਤੇ ਆਏ ਨੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਬਿਲਖਸੂਸ ਚੌਧਰੀ ਅਮੈਰ ਸਾਹਿਬ ਸਾਬਕਾ ਚੇਅਰਮੈਨ ਚੌਧਰੀ ਰਫੀਕ ਸ਼ਾਕਰ ਮਰਹੂਮ ਖੁਦੇ ਚੱਕ ਮੁਸਲਿਮ ਲੀਗ ਨੂੰ ਉਹਨਾਂ ਨਾਲ ਚੱਲ ਉਹਨਾਂ ਨੇ ਬੇਟੇ ਚੌਧਰੀ ਅਮੈਰ ਸਾਹਿਬ ਆਏ ਨੇ ਠੀਕ ਹੈ ਅਤੇ
ਉਹਨਾਂ ਦੀ ਸਾਡੀ ਇੱਕ ਕਾਲ ਉੱਤੇ ਉਹਨਾਂ ਨੇ ਲਬੈਕ ਕੀਤਾ ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਮਸ਼ਕੂਰ ਹਾਂ ਕਿ ਤੁਸੀਂ ਸਾਡੇ ਕੈਂਪ 'ਤੇ ਆਇਓ ਅਤੇ ਬਾਕੀ ਸਭ ਦੋਸਤਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਜਿੰਨੇ ਵੀ ਦੋਸਤ ਹੈ ਨੇ ਅਤੇ ਚੈਨਲ ਅਗਰ ਜਿਹੜੇ ਨਵੇਂ ਦੋਸਤ ਹੈ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਵੀਡੀਓ ਮੈਂ ਫੇਸਬੁੱਕ 'ਤੇ ਵੀ ਲਾਉਂਦਾ ਅਗਰ ਪੇਜ 'ਤੇ ਅਤੇ ਜਿਹੜੇ ਫੇਸਬੁੱਕ 'ਤੇ ਮੇਰੇ ਫਾਲੋਅਰ ਨੇ ਉਹ ਫੋਲੋ ਵੀ ਕਰੇ ਕਰੋ ਪੇਜ ਨੂੰ ਵੀ ਔਰ ਅਨੀਸ ਗਾਜ਼ੀ ਯੂਟਿਊਬ ਦੇ ਉੱਤੇ ਵੀ ਆ ਕੇ ਅਤੇ ਸਰਚ ਕਰਕੇ ਜ਼ਰੂਰ ਫਾਲੋ ਕਰੇ ਕਰੋ ਬਜਵਾ ਦੇ ਲੋਕਾਂ ਦਾ ਮੈਂ ਉਹ ਜੀ ਪਿਆਰ ਵਾਲਾ ਮੁਹੱਬਤ ਵਾਲਾ ਠੀਕ ਹੈ ਜੀ ਅਸਲਾਮ ਵਾਲੇਕੁਮ।